ਤੁਸੀਂ ਦੇਖ ਰਹੇ ਹੋ ਫੈਕਟ ਨਿਊਜ਼ ਮੈਂ ਹਵਤਾਰ ਸਿੰਘ ਅੱਜ ਤੁਹਾਨੂੰ ਪੱਠਿਆਂ ਦੀ ਕੀ ਸਥਿਤੀ ਹੈ ਪੰਜਾਬ ਦੇ ਵਿੱਚ ਉਸਦੇ ਨਾਲ ਰੂਬਰੂ ਕਰਨ ਜਾ ਰਹੇ ਹਾਂ ਪੱਠਾ ਯੂਨੀਅਨ ਦੇ ਅਹੁਦੇਦਾਰ ਅਤੇ ਪ੍ਰਧਾਨ ਸਾਡੇ ਨਾਲ ਹੈ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਆਖਰ ਪੱਠਾ ਅਦੋਬ ਦੇ ਕੀ ਹਾਲਾਤ ਨੇ ਅਤੇ ਕਿਸ ਤਰ੍ਹਾਂ ਉਹਨਾਂ ਤੇ ਖਤਰੇ ਦੇ ਜਿਹੜੇ ਬੱਦਲ ਮੜਰਾ ਨੇ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਜੀ ਫੈਕਟ ਨਿਊਜ਼ ਦੇ ਵਿੱਚ ਕੀ ਹੈ ਕਿ ਜੀ ਤੁਸੀਂ ਪ੍ਰਧਾਨ ਨੂੰ ਦੇਖਿਆ ਹੈਗਾ ਕਿ ਕਿਸ ਤਰ੍ਹਾਂ ਦੇ ਹਾਲਾਤ ਆਜ ਹਾਲਾਤ ਬਹੁਤ ਮਾੜੇ ਨੇ ਜੀ ਮਤਲਬ ਐਸੀ ਲੇਬਰ ਨੂੰ ਖਰਚੇ ਤੱਕ ਵੀ ਦੇਣ ਦੇ ਬੜੇ ਉਖੇ ਸੜਾ ਕਿਉਂਕਿ ਜਦੋਂ ਪੱਠੇ ਦੇ ਸੇਲ ਹੀ ਨਹੀਂ ਹੋਣੀ ਰਾਜਸਥਾਨ ਚ ਇੱਕ ਸਾਰੀ ਆਂਦੀ ਵੀ ਹੈ ਜੀ ਏਟੋ ਸਬ ਕਲਾਸ ਬਣਾ ਦੇ ਬਣ ਸਾਰੀ ਗੋਣੇ ਦੇ ਟਬੰਦੀ ਵੀ ਹੈ ਜੀ ਲੋਕੀ ਪਸੰਦ ਕਰਦੇ ਲੋਕੀ ਕਹਿੰਦੇ ਚਲੋ ਠੀਕ ਹੈ ਜੀ ਮਤਲਬ ਜਦੋਂ 7 7 60 600 ਵੀ ਸਸਤੀ ਮਿਲੇਗੀ ਅਗਲੇ ਉਹ ਥ੍ਰੀ ਲੈਂਡ ਸਾਡੇ ਕੋਲ ਥ੍ਰੀ ਲੈਂਡ ਨਹੀਂ ਇਹਨਾਂ ਨੇ ਸਾਨੂੰ ਡੰਡਾ ਹੈ ਜੀ ਪੰਜਾਬ ਸਰਕਾਰ ਦਾ ਵੀ ਸਾਨੂੰ ਕੋਲੇਲਾ ਬਣਾਓ ਜੀ ਹਾਲਾਂਕਿ ਪੰਜਾਬ ਸਰਕਾਰ ਦਾ ਹਰਿਆਣੇ ਚ ਵੀ ਹੈਗਾ ਜੀ ਯੂਪੀ ਚ ਵੀ ਹੈਗਾ ਜੀ ਚੰਡੀਗੜ੍ਹ ਚ ਵੀ ਹੈਗਾ ਮਤਲਬ ਥਾੜਾ ਇੱਕ ਸਿਰੇ Rajasthan ਰਹਿ ਗਿਆ ਜਿਹਨੂੰ ਮਨਾਂ ਨੇ ਨਹੀਂ ਕੀਤਾ ਕੁਝ ਵੀ ਉਹ ਹੈ ਕਿ ਇਹਦੇ ਨਾਲ ਮਤਲਬ ਇੱਕ ਸਕੀਮ ਜਿਹੜੀ ਲਾਗੂ ਕੀਤੀ ਸੀ ਜਿਗਜੈਗ ਵਾਲੀ ਉਹਦੇ ਨਾਲ ਵੀ ਜਿਹੜਾ ਹੈਗਾ ਕਿ ਪੂਰੇ ਆਲ ਇੰਡੀਆ ਚ ਜਿਗਜੈਗ ਨਾਲ ਜ਼ਿਆਦਾ ਨੁਕਸਾਨ ਹੋਇਆ ਜੀ ਕਿਉਂਕਿ ਕੋਲੇ ਦੇ ਬਿਨਾਂ ਜਲਦੀ ਨਹੀਂ ਸਕਦਾ ਜਿਗਜੈਗ ਜੀ ਜੀਜਾ ਬਟਾਏ ਕੋਲਾ ਵੀ ਜ਼ਿਆਦਾ ਲੱਗੂਗਾ ਜੀ ਪ੍ਰਾਈਸ ਦੇ ਖਰਚੇ ਵੀ ਜ਼ਿਆਦਾ ਪੈ ਗਏ ਜੀ ਲੇਬਰਾਂ ਵੀ ਵਹੰਗੀ ਹੋ ਗਈਆਂ ਜੀ ਉਹ ਸਾਰੇ ਨੁਕਸਾਨ ਤਾਂ ਮੱਠਿਆਂ ਨੂੰ ਪੈਂਦੇ ਪੈਣਾ ਜੀ ਲੇਕਿਨ ਜਿਹੜੀ ਸੇਲ ਹੈਗੀ ਉਹ ਉਵੇਂ ਹੀ ਜਲਦੀ ਵੀ ਪੁਰਾਣੇ ਬਟਿਆਂ ਦੀ ਨਿੱਕੀ ਰੋਕਿਆ ਨਹੀਂ ਜਾ ਸਕਦਾ ਇਸ ਤਰ੍ਹਾਂ ਰਾਜਸਥਾਨ ਚੋਂ ਆ ਰਹੀ ਹੈ ਪੰਜਾਬ ਦੇ ਵਿੱਚ ਰੋਕਿਆ ਜਾ ਸਕਦਾ ਜੀ ਸਰਕਾਰ ਸ਼ਾਇਦ ਪੰਜਾਬ ਸਰ ਕੀ ਕਰ ਯਾ ਮਤਲਬ ਈਟੀਓ ਸਾਹਿਬ ਬੈਠੇ ਨੇ ਉਹ ਚਾਂਤ ਰੋਕ ਸਕਦੇ ਆ ਜੀ ਉਹਨਾਂ ਦੀ ਕੋਈ ਮਨਸ਼ਾ ਹੈ ਹੀ ਨਹੀਂ ਕਿ ਤੁਸੀਂ ਕੀ ਮੰਨਦੇ ਹੋ ਜਿਹੜਾ ਪੱਠਾ ਦੇ ਉਗ ਜਿਹੜਾ ਹੈਗਾ ਬੰਦ ਹੋਣ ਦੀ ਕਾਰ ਤੇ ਦੱਸਿਆ ਜਾ ਰਿਹਾ ਜਿਸ ਤਰ੍ਹਾਂ ਤੁਸੀਂ ਦੱਸਿਆ ਬਿਲਕੁਲ ਜੀ ਜੋ ਮਹਿੰਗਾਈ ਦੀ ਮਾਰ ਅੱਜ ਪੈ ਰਹੀ ਹੈ ਗਰੀਬ ਬੰਦੇ ਦੇ ਵਾਸਤੋਂ ਬਾਹਰ ਹੋ ਚੁੱਕਿਆ ਹੈ ਇੱਟਾਂ ਲੈਣੀਆਂ ਖਾਸ ਕਰਕੇ ਜਿਗਜੈਗ ਵਾਲੀਆਂ ਇੱਟਾਂ ਤੇ ਰਾਜਸਥਾਨੋਂ ਵਾਲੇ ਜਿਹੜੇ ਗੁਣੇ ਨੀਰੇ ਨਾਲ ਬਣਾ ਕੇ ਗੰਧੀਆਂ ਇੱਟਾਂ ਵੀ ਇੱਥੇ ਲਿਆ ਕੇ ਸਿੱਟੀ ਜਾਂਦੇ ਜਿੰਦੇ ਨਾਲ ਸਰਕਾਰ ਨੂੰ ਵੀ ਬਹੁਤ ਭਾਰੀ ਨੁਕਸਾਨ ਹੋ ਰਿਹਾ ਸਰਕਾਰ ਵੀ ਇਹ ਨਹੀਂ ਸੋਚਦੀ ਪੰਜਾਬ ਸਰਕਾਰ ਵੀ ਜਿਹੜਾ ਜਿੰਨਾ ਮਾਲ ਰਾਜਸਥਾਨ ਆਉਂਦਿਆਂ ਉਹਦਾ ਸਾਰਾ ਜੀਐਸਟੀ ਦਾ ਖਤਮ ਹੋ ਰਿਹਾ ਅਗਰ ਇਹ ਸਾਡੀਆਂ ਇੱਟਾਂ ਵੀ ਕਹਿੰਦੇ ਅਸੀਂ ਜੀ ਇਹ ਐਸ ਕਰਕੇ ਸਰਕਾਰ ਨੂੰ ਵੀ ਬਹੁਤ ਨੁਕਸਾਨ ਹੈ ਤੇ ਲੋਕਾਂ ਨੂੰ ਵੀ ਬਹੁਤ ਜ਼ਿਆਦਾ ਨੁਕਸਾਨ ਹੈ ਪਰ ਸਰਕਾਰ ਨੂੰ ਵੀ ਚਾਹੀਦਾ ਇੱਧਰ ਬਹੁਤ ਜ਼ਿਆਦਾ ਧਿਆਨ ਦੇਵੇ ਤੇ ਖਾਸ ਕਰਕੇ ਜਿਹੜਾ ਕੰਟਰੋਲ ਰੇਟ ਕਰੇ ਕੋਲੇ ਦਾ ਕੋਲੇ ਨੂੰ ਕੰਟਰੋਲ ਰੇਟ ਕਰਨਾ ਬਹੁਤ ਜ਼ਰੂਰੀ ਹੋ ਜਾਏਗਾ ਅਗਰ ਜਿਗਜੈਗ ਨੂੰ ਇਹਨਾਂ ਨੇ ਕਾਮਯਾਬ ਕਰਨਾ ਤੇ ਜਾਂ ਫਿਰ ਸਾਨੂੰ ਵੀ ਜਿਗਜੈਗ ਤੋਂ ਬਿਨਾਂ ਇੱਟਾਂ ਬਲਾਂਦੀ ਇਜਾਜ਼ਤ ਦਿੱਤੀ ਜਾਵੇ ਇਹਦੇ ਨਾਲ ਫਿਰ ਜਿਹੜੇ ਲੋਕ ਇੱਟਾਂ ਲੈ ਕੇ ਜਾਂਦੇ ਉਹਨਾਂ ਨੂੰ ਵੀ ਜਿਹੜਾ ਨੁਕਸਾਨ ਹੈਗਾ ਜਿਸ ਤਰ੍ਹਾਂ ਘਰ ਜਿਹੜਾ ਦੂਸਰੇ ਨਾਲ ਹਾਂਜੀ ਉਹਨਾਂ ਨੂੰ ਬਹੁਤ ਨੁਕਸਾਨ ਹੈ ਇੱਕ ਤਾਂ ਕੋਲੇ ਵਾਲੀ ਐਟ ਮਿੱਲਨੀ ਹੈ ਜੀ ਪਰ ਉਹ ਰੇਟ ਦੇ ਚੱਕਰ ਜੋ ਗ ਗੁਨੇ ਨੀਲੇ ਤਾਂ ਇਹ 10 12 ਸਾਲ ਮਣੀ 10 12 ਸਾਲਾਂ ਦਾ ਮਕਾਨ ਸਾਰੇ ਜਿਹੜੇ ਹੈ ਖਰਾਬ ਹੋਣੇ ਸ਼ੁਰੂ ਹੋ ਜਾਂਦੇ ਆਂਦੇ ਤੇ ਪਲਸਟਰ ਝੜਨਾ ਸ਼ੁਰੂ ਹੋ ਜਾਂਦੇ ਕਿਉਂਕਿ ਗੁਨੇ ਨੀਲੇ ਨਾਲ ਬੱਕੀ ਹੁੰਦੀ ਹੈ ਇਸ ਕਰਕੇ ਲੋਕਾਂ ਦਾ ਵੀ ਬਹੁਤ ਭਾਰੀ ਨੁਕਸਾਨ ਹੋ ਰਿਹਾ ਹੈ ਕੋਇਲਾ ਦਾ ਜਿਹੜਾ ਰੇਟ ਵਧ ਰਿਹਾ ਉਹਦਾ ਵੀ ਨੁਕਸਾਨ ਜਿਹੜਾ ਹੈ ਸਭ ਤੋਂ ਵੱਡਾ ਤਾਂ ਕੋਇਲੇ ਦਾ ਇਸ ਟਾਈਮ ਨੁਕਸਾਨ ਹੋ ਰਿਹਾ ਜੀ ਠੀਕ ਹੈ ਜਿੰਨਾ ਵੀ ਕੋਲਾ ਸਰਕਾਰ ਰੇਟ ਵਧਾ ਰਹੀ ਹੈ ਸਭ ਤੋਂ ਜ਼ਿਆਦਾ ਜਿਗ-ਜਿਗ ਪੱਟੇ ਹੁੰਦੇ ਖੁਸ਼ਹੂਰੇ ਜਿਹੜੇ ਰਾਜਸਥਾਨ ਦੀ ਸਾਨੂੰ ਬਾਰਡਰ ਦੀ ਮਾਰ ਪੇਰੀ ਹੈ ਸਭ ਤੋਂ ਜ਼ਿਆਦਾ ਪੇਰੀ ਹੈ ਵੀ ਹਵੋਰ ਜਿਹੜੀ ਬੈਲਟ ਹੈ ਇਹ ਸਭ ਤੋਂ ਜ਼ਿਆਦਾ ਰਾਜਸਥਾਨ ਦੀ ਮਾਰ ਕਰਕੇ ਅਜੇ ਹਵੋਰ 'ਚ ਮੈਨੂੰ ਰੇਟ ਨਹੀਂ ਵਧ ਰੇਟ ਦਾ ਰੇਟ ਦਾ ਪੱਟੇ ਬੰਦ ਵੀ ਜਿਹੜੇ ਹੋ ਗਏ ਪੱਟੇ ਬੰਦ ਜਿਹੜੇ ਹੋ ਰਹੇ ਹੈ ਇਹ ਸਿਰਫ ਰਾਜਸਥਾਨ ਦੀ ਬਾਰਡਰ ਕਰਕੇ ਤੇ ਕੋਇਲੇ ਦੇ ਰੇਟ ਤੇ ਜਿਗ-ਜਿਗ ਕਰ ਜਿਹੜੇ ਸੀ ਅਜਾ ਹਵੋਰ ਦੇ 40 ਪੱਟੇ ਰਹਿ ਗਏ 40 ਪੱਟੇ ਹੋਣ ਦਾ ਕਾਰਨ ਸਭ ਤੋਂ ਵੱਡਾ ਹੈ ਇਹ ਵੀ ਜਿਗਜਿਗ ਪੱਟੇ ਹੋਣ ਕਰਕੇ ਤੇ ਰਾਜਸਥਾਨ ਦੀ ਮਾਰ ਕਰਕੇ ਸਭ ਤੋਂ ਵੱਡਾ ਹਵੋਰ ਰੋਜ਼ਗਾਰ ਵੀ ਜਿਹੜਾ ਮਿਲਦਾ ਸੀ ਰੋਜ਼ਗਾਰ ਜਿਹੜਾ ਮਿਲਦਾ ਸੀ ਜਿਹੜਾ ਲੇਬਰ ਨੂੰ ਰੋਜ਼ਗਾਰ ਵੀ ਲੇਬਰ ਕੱਟ ਗਈ ਜਿਹੜੀ ਹਰ ਪੱਟੇ ਜਿਹੜਾ 400 ਬੰਦਾ ਕੰਮ ਕਰਦਾ ਸੀ 40 ਪੱਟੇ ਰਹਿ ਗਏ ਤੇ 40 ਪੱਟਿਆਂ ਤੁਸੀਂ ਹਿਸਾਬ ਨਾਲ ਕਿੰਨੀ ਲੇਬਰ ਕੱਟੀ ਪੂਰੇ ਹਵੋਰ ਨੂੰ ਲੋਸ ਹੋ ਰਿਹਾ ਇਸ ਚੀਜ਼ ਦਾ ਤੇ ਸਰਕਾਰ ਚਾਵੇ ਤਾਂ ਬਹੁਤ ਕੁਝ ਕਰ ਸਕਦੀ ਹੈ ਪਰ ਸਰਕਾਰ ਹਵੋਰ ਵਾਸਤੇ ਕੁਝ ਨਹੀਂ ਹੋ ਰਿਹਾ ਤੇ ਹਵੋਰ ਬਹੁਤ ਪਿਛੜ ਜਾ ਰਿਹਾ ਹੈ ਪਠਾ ਮਾਲਕਾ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਸਰਕਾਰ ਹੋਰ ਉਦਯੋਗਾਂ ਨੂੰ ਜਿਹੜਾ ਹੈ ਪ੍ਰਫੁੱਲਤ ਕਰਨ ਲਈ ਹੈ ਮਦਦ ਕਰਦੀ ਹੈ ਉਸੇ ਤਰ੍ਹਾਂ ਪਠਾ ਉਦਯੋਗ ਦੀ ਵੀ ਮਦਦ ਕਰੇ ਅਤੇ ਵੱਡੀ ਗੱਲ ਇਹ ਹੈ ਕਿ ਰਾਜਸਥਾਨ ਤੇ ਨਕੇਲ ਪਾਈ ਜਾਵੇ ਕਿ ਜਿਹੜਾ ਇੱਟਾਂ ਜੜੀਆਂ ਉੱਥੋਂ ਪੰਜਾਬ ਦੇ ਵਿੱਚ ਆ ਰਹੀਆਂ ਹਨ ਉਹਨਾਂ ਨੂੰ ਰੋਕ ਕੇ ਪਠਾ ਉਦਯੋਗ ਨੂੰ ਪ੍ਰਫੁੱਲਤ ਕੀਤਾ ਜਾ ਸਕਦਾ ਹੈਗਾ ਫੈਕਟ ਨਿਊਜ਼ ਲਈ ਅਫਤਾਰ ਸਿੰਘ ਦੇ ਨਾਲ ਸੰਦੀਪ ਸੋਕਲ ਅਬੋਰ